ਗੁੱਡ ਮਾਰਨਿੰਗ ਸਟੂਡੈਂਟਸ ਵੈਲਕਮ ਟੂ ਆਨਲਾਈਨ ਪੰਜਾਬੀ ਕਲਾਸ ਟੂਡੇ ਵੀ ਰੀਡ ਲੈਸਨ ਨੰਬਰ 7 ਵਿਆਕਰਨ ਔਰ ਇਹ ਲੈਸਨ ਤੁਹਾਡੀ ਪੰਜਾਬੀ ਵਿਆਕਰਨ ਦੀ ਪਾਠ ਪੁਸਤਕ 33 ਤੇ ਹੈ lettes start ਦੇਖੋ ਆਪਣੀ ਪਿਕਚਰ ਦੇ ਵਿੱਚ ਕੀ ਦਿਖਾਈ ਦੇ ਰਿਹਾ ਹੈ ਕਿ ਸੂਰਜ ਆਪਣੇ ਸਮੇਂ ਤੇ ਚੜਦਾ ਹੈ ਦੂਸਰੇ ਦੇਖੋ ਰਾਤ ਨੂੰ ਸੂਰਜ ਡੁੱਬ ਜਾਂਦਾ ਤੇ ਅਸਮਾਨ ਦੇ ਵਿੱਚ ਤਾਰੇ ਦਿਖਾਈ ਦਿੰਦੇ ਹਨ ਕਿ ਕੁਦਰਤ ਦਾ ਹਰ ਕੰਮ ਨਿਜਮ ਅਨਸਾਰ ਹੀ ਚੱਲਦਾ ਹੈ ਜੀ ਨਿਯਮਾਂ ਹੋਂ ਤਾਂ ਕੋਈ ਵੀ ਚੀਜ਼ ਕਹਿੰਦੇ ਸਹੀ ਤਰੀਕੇ ਨਾਲ ਨਹੀਂ ਹੋ ਸਕਦੀ ਠੀਕ ਹੈ ਨਾ ਜੇ ਕੁ ਨੇਚਰ ਆਪਦੇ ਨਿਯਮ ਦੇ ਅਨਸਾਰ ਕੰਮ ਨਹੀਂ ਕਰੇਗੀ ਤਾਂ ਕੀ ਹੋ ਜਾਵੇਗਾ ਦਿਨ ਵੇਲੇ ਰਾਤ ਹੋ ਜਾਵੇਗੀ ਫੁੱਲਾਂ 'ਚ ਖੁਸ਼ਬੂ ਨਹੀਂ ਆਵੇਗੀ ਨਦੀਆਂ ਵਗਣ ਦੀ ਜਗ੍ਹਾ ਕੀ ਹੋ ਜਾਣਗੀਆਂ ਠਹਿਰ ਜਾਣਗੀਆਂ ਤੇ ਕੁਝ ਵੀ ਕਹਿੰਦੇ ਕਿ ਸੋਹਣਾ ਨਹੀਂ ਲੱਗੇਗਾ ਠੀਕ ਹੈ ਨਾ ਇਹ ਸਭ ਕੁਝ ਆਪ ਨੂੰ ਸੋਹਣਾ ਨਹੀਂ ਲੱਗੇਗਾ ਇਸੇ ਤਰ੍ਹਾਂ ਹੀ ਕਿਸੇ ਵੀ ਭਾਸ਼ਾ ਨੂੰ ਜੇ ਸੋਹਣੇ ਅਤੇ ਸਹੀ ਤਰੀਕੇ ਨਾਲ ਲਿਖਣਾ ਹੋਵੇ ਤਾਂ ਉਸ ਲਈ ਵੀ ਕੁਝ ਨਿਯਮ ਹੁੰਦੇ ਆ ਤੇ ਉਹਨਾਂ ਨਿਯਮਾਂ ਨੂੰ ਕੀ ਬੋਲਦੇ ਆ ਵਿਆਕਰਨ ਬੋਲਦੇ ਆ ਉਹਨਾਂ ਨਿਯਮਾਂ ਨੂੰ ਕੀ ਬੋਲਦੇ ਹਨ ਨਾ ਵਿਆਕਰਨ ਬੋਲਦੇ ਹਨ ਦੇਖੋ ਆਪਾਂ ਨੀਚੇ ਦੋ ਪਿਕਚਰਸ ਦਿੱਤੀਆਂ ਗਈਆਂ ਨਈਆਂ ਨੀਚੇ ਕਿ ਲਿਖਿਆ ਗਿਆ ਕਿ ਕੁੜੀ ਦੁੱਧ ਪੀ ਰਹੀਆਂ ਹਨ ਨੈਕਸਟ ਵਿੱਚ ਕੁੜੀ ਦੁੱਧ ਪੀ ਰਹੀ ਹੈ ਜੋ ਪਹਿਲਾ ਵਾਕ ਪੜ੍ਹਨ ਤੇ ਆਪਾਂ ਨੂੰ ਥੋੜਾ ਜਿਹਾ ਅਜੀਬ ਲੱਗ ਰਿਹਾ ਹੈ ਇਹ ਇਸ ਲਈ ਕਿਉਂਕਿ ਵਿਆਕਰਨ ਦੇ ਨਿਯਮ ਅਨੁਸਾਰ ਨਹੀਂ ਹੈ ਇਹਦੇ ਵਿੱਚ ਕੀ ਹੈ ਜੋ ਵਿਆਕਰਨ ਦੇ ਨਿਯਮ ਹੈ ਉਹ ਸਹੀ ਤਰ੍ਹਾਂ ਅਪਲਾਈ ਨਹੀਂ ਕੀਤੇ ਗਏ ਦੂਸਰਾ ਵਾਕ ਪੜ੍ਹਨ ਵਿੱਚ ਠੀਕ ਹੈ ਕੁੜੀ ਦੁੱਧ ਪੀ ਰਹੀ ਹੈ ਪਿਕਚਰ ਦੇ ਅਨੁਸਾਰ ਇਹ ਵਾਕੀ ਹੈ ਠੀਕ ਹੈ ਵਿਆਕਰਨ ਦੇ ਸਹੀ ਵਿਆਕਰਨ ਦੀ ਸਹੀ ਜਾਣਕਾਰੀ ਤੋਂ ਬਿਨਾ ਲਿਖਤੀ ਰੂਪ ਸ਼ੁੱਧ ਨਹੀਂ ਹੋ ਸਕਦਾ ਕਿਉਂਕਿ ਇਹਦੇ ਵਿੱਚ ਕੀ ਹੈ ਵਿਆਕਰਨ ਦੇ ਸਾਰੇ ਨਿਯਮ ਸਹੀ ਤਰ੍ਹਾਂ ਲਾਗੂ ਕੀਤੇ ਗਏ ਆ ਤਾਂ ਇਹ ਆਪਣਾ ਵਾਕ ਸਹੀ ਲੱਗ ਰਿਹਾ ਇਸ ਲਈ ਅਸੀਂ ਕਹਿ ਸਕਦੇ ਹਾਂ ਭਾਸ਼ਾ ਨੂੰ ਸ਼ੁੱਧ ਰੂਪ ਦੇਣ ਲਈ ਕੁਝ ਨਿਯਮ ਬਣਾਏ ਜਾਂਦੇ ਹਨ ਉਹਨਾਂ ਨਿਯਮਾਂ ਨੂੰ ਵਿਆਕਰਨ ਆਖਦੇ ਹਨ ਵਾਂਸ ਅਗੇਨ ਮੈਂ ਰਿਪੀਟ ਭਾਸ਼ਾ ਨੂੰ ਸ਼ੁੱਧ ਰੂਪ ਦੇਣ ਲਈ ਕੁਝ ਨਿਯਮ ਬਣਾਏ ਜਾਂਦੇ ਹਨ ਉਹਨਾਂ ਨੂੰ ਵਿਆਕਰਨ ਆਖਦੇ ਹਨ ਤਾ ਸਟੂਡੈਂਟਸ ਜੇਦੋਂ ਆਪਾਂ ਕੋਈ ਵੀ ਸੈਂਟੈਂਸ ਲਿਖਣਾ ਹੈ ਜੇਕਰ ਤੁਸੀਂ ਉਸ ਵਿੱਚ ਵਿਆਕਰਨ ਦੇ ਸਾਰੇ ਸਹੀ ਨਿਯਮ ਅਪਲਾਈ ਕਰਾਂਗੇ ਤਾਂ ਹੀ ਉਹ ਵਾਕ मीनिंगफुल ਹੋ ਸਕਦਾ ਹੈ ਤਾਂ ਹੀ ਉਸ ਨੂੰ ਆਪਾਂ ਸਹੀ ਤਰੀਕੇ ਨਾਲ ਲਿਖ ਸਕਦੇ ਹਾਂ ਇਸੇ ਲਈ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਦੇਣ ਲਈ ਕੁਝ ਨਿਯਮ ਬਣਾਏ ਜਾਂਦੇ ਹਨ ਉਹਨਾਂ ਨੂੰ ਵਿਆਕਰਨ ਕਹਿੰਦੇ ਹਨ ਤਾਂ ਸਟੂਡੈਂਟਸ ਅੱਜ ਆਪਾਂ ਆਪਣੀ ਆਨਲਾਈਨ ਕਲਾਸ ਦੇ ਵਿੱਚ ਲੈਸਨ ਨੰਬਰ 7 ਵਿਆਕਰਨ ਰੀਡ ਕੀਤਾ ਤੁਸੀਂ ਵੀ ਇਸ ਨੂੰ ਰੀਡ ਕਰਨਾ ਤੇ ਚੰਗੀ ਤਰ੍ਹਾਂ ਪ੍ਰੈਕਟਿਸ ਕਰਨੀ ਥੈਂਕ ਯੂ ਸਟੂਡੈਂਟਸ ਹੈਵ ਅ ਨਾਈਸ ਡੇ